ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਦੋਸਤੋ, ਆਪਾਂ ਜਾਣਦੇ ਹਾਂ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਇੱਕ ਵਾਰ ਫਿਰ ਬਣ ਚੁੱਕੀ ਆ। ਇਹ ਸਰਕਾਰ ਕਿਉਂ ਬਣੀ ਆ? ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ, ਜਿਹੜਾ ਆਮ ਲੋਕਾਂ ਨੂੰ ਤਾਂ ਸਮਝ ਆ ਰਿਹਾ, ਸ਼ਾਇਦ ਬੀਜੇਪੀ ਜਾਂ ਹੋਰ ਵੱਖ ਵੱਖ ਪਾਰਟੀਆਂ ਦੇ ਸਮਰਥਕਾਂ ਨੂੰ ਇਹ ਗੱਲ ਹਾਲੇ ਤੱਕ ਸਮਝ ਨਾ ਪੈਂਦੀ ਹੋ। ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਕੀਤੀ ਗਈ ਆ, ਜਿਸ ਤਰੀਕੇ ਦੇ ਨਾਲ ਅੱਤਵਾਦ, ਜਿਸ ਤਰੀਕੇ ਦੇ ਨਾਲ ਸ਼ਾਹੀਨ ਬਾਗ, ਜਿਸ ਤਰੀਕੇ ਦੇ ਨਾਲ ਫਿਰਕਾ ਪ੍ਰਸਤੀ, ਜਿਸ ਤਰੀਕੇ ਦੇ ਨਾਲ ਧਰਮ ਦਾ ਪੱਤਾ ਖੇਡਿਆ ਗਿਆ, ਉਸ ਤੋਂ ਬਾਅਦ ਸੂਝਵਾਨ ਲੋਕਾਂ ਦੇ ਵੱਲੋਂ ਉਸ ਪਾਰਟੀ ਦੀ ਹਮਾਇਤ ਕੀਤੀ ਗਈ ਆ, ਉਸ ਪਾਰਟੀ ਨੂੰ ਵੋਟਾਂ ਪਾਈਆਂ ਗਈਆਂ, ਜਿਹੜੀ ਪਾਰਟੀ ਦੇ ਵੱਲੋਂ ਸਿਰਫ ਅਤੇ ਸਿਰਫ ਵਿਕਾਸ ਦਾ ਮੁੱਦਾ ਪੇਸ਼ ਕੀਤਾ ਗਿਆ। ਇਹ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰ ਗੱਲ ਉਦਾਹਰਨੀ ਰੂਪ ਦੇ ਵਿੱਚ ਸਾਹਮਣੇ ਆਈ ਆ ਵੀ ਕਿਸੇ ਵਿਅਕਤੀ ਵਿਸ਼ੇਸ਼ ਦੇ ਵੱਲੋਂ ਜਾਂ ਕਿਸੇ ਮੁੱਖ ਮੰਤਰੀ ਦੇ ਵੱਲੋਂ ਇਹ ਕਿਹਾ ਜਾਵੇ ਕਿ ਜੇਕਰ ਮੈਂ ਕੰਮ ਚੰਗੇ ਕੀਤੇ ਆ ਸਾਡੀ ਪਾਰਟੀ ਨੂੰ ਵੋਟ ਪਾ ਦਿਓ, ਜੇਕਰ ਕੰਮ ਚੰਗੇ ਨਹੀਂ ਕੀਤੇ ਤਾਂ ਇੱਕ ਵੀ ਸਾਨੂੰ ਵੋਟ ਨਾ ਪਾਓ। ਬੀਜੇਪੀ ਦੀਆਂ ਸਰਕਾਰਾਂ ਤਕਰੀਬਨ ਇੱਕ ਦਰਜਨ ਸੂਬਿਆਂ ਦੇ ਵਿੱਚ ਹੈ ਮਿਲ ਮਿਲਾ ਕੇ, ਪਰ ਕਿਸੇ ਵੀ ਸੂਬੇ ਦੀ ਉਦਾਹਰਨ ਬੀਜੇਪੀ ਦੇ ਵੱਖ ਵੱਖ ਨੇਤਾਵਾਂ ਨੇ ਦਿੱਲੀ ਦੇ ਵਿੱਚ ਪੇਸ਼ ਨਹੀਂ ਕੀਤੀ ਕਿ ਜੇਕਰ ਤੁਹਾਨੂੰ ਸਾਡਾ ਫਲਾਣੇ ਸੂਬੇ ਦੇ ਵਿੱਚ ਰਾਜ ਚੰਗਾ ਲੱਗਦਾ ਤਾਂ ਤੁਸੀਂ ਸਾਨੂੰ ਦਿੱਲੀ ਦੇ ਵਿੱਚ ਵੀ ਵੋਟਾਂ ਪਾ ਦਿਓ, ਜੇਕਰ ਨਹੀਂ ਚੰਗਾ ਲੱਗਦਾ ਬਿਲਕੁਲ ਨਾ ਪਾਓ। ਨਾ ਹੀ ਕਾਂਗਰਸ ਦੇ ਕਿਸੇ ਨੇਤਾ ਨੇ ਪ੍ਰਚਾਰ ਦੇ ਮੌਕੇ ਇਹ ਗੱਲ ਕਹੀ ਕਿ ਜੇਕਰ ਤੁਹਾਨੂੰ ਫਲਾਣੇ ਸੂਬੇ ਦੇ ਵਿੱਚ ਸਾਡੀਆਂ ਨੀਤੀਆਂ, ਸਾਡਾ ਕੰਮ ਕਾਜ, ਸਾਡੀ ਕਾਰਜਸ਼ੈਲੀ ਚੰਗੀ ਲੱਗਦੀ ਹੈ, ਵੋਟਾਂ ਸਾਨੂੰ ਪਾ ਦਿਓ, ਨਹੀਂ ਤਾਂ ਬਿਲਕੁਲ ਨਾ ਪਾਓ। ਕਹਿਣ ਦਾ ਭਾਵ ਇਹ ਹੈ ਕਿ ਦਿੱਲੀ ਦੇ ਲੋਕ ਜਾਗਰੂਕ ਆ ਅਤੇ ਪੰਜਾਬ ਦੇ ਲੋਕ ਜਾਗਰੂਕ ਹੋ ਜਾਣ ਇਸ ਗੱਲ ਦੀ ਅਸੀਂ ਅਰਦਾਸ ਕਰਦੇ ਹਾਂ ਅਤੇ ਸ਼ਾਇਦ ਅਸੀਂ ਆਸ ਵੀ ਕਰ ਹੀ ਲਈਏ ਹੁਣੇ ਬਈ 2022 ਦੇ ਵਿੱਚ ਕਦੇ ਜਾਗ ਵੀ ਪੈਣ। ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਸਾਰਾ ਇੱਕ ਵਾਰ ਫਿਰ ਹੋਣਾ, ਇਹ ਗੱਲ ਪੱਥਰ ਦੇ ਉੱਤੇ ਲਕੀਰ ਵਰਗੀ ਹੈ। ਹੁਣ ਤੱਕ ਆਮ ਆਦਮੀ ਪਾਰਟੀ ਦੇ ਨੇਤਾ, ਵਰਕਰ, ਸਮਰਥਕ, ਵਲੰਟੀਅਰ ਜਿਹੜੇ ਕਿ ਬਿਲਕੁਲ ਠੰਡੇ ਬਸਤੇ ਦੇ ਵਿੱਚ ਆਪਣੀ ਸੋਚ ਪਾਈ ਬੈਠੇ ਸੀ, ਉਹਨਾਂ ਦੇ ਵਿੱਚ ਇੱਕ ਵਾਰ ਫਿਰ ਊਰਜਾ ਭਰ ਜਾਣੀ ਹੈ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਹੁਣ ਧੰਨਵਾਦ ਕੀਤਾ ਕੁਝ ਕੁ ਘੰਟੇ ਪਹਿਲਾਂ। ਚੰਗੀ ਲੱਗੀ ਹੈ ਗੱਲ, ਇਸ ਕਰਕੇ ਚੰਗੀ ਲੱਗੀ ਹੈ ਕਿਉਂਕਿ ਉਸ ਬੰਦੇ ਨੇ ਕੱਲ੍ਹ ਫਿਰ ਇੱਕ ਗੱਲ ਕਹੀ ਸੀ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ, 10 ਤਰੀਕ ਨੂੰ ਇਹ ਗੱਲ ਕਹੀ ਕਿ ਆਪਾਂ ਜਸ਼ਨ ਮਨਾਉਣਾ ਪਰ ਪਟਾਕੇ ਨਹੀਂ ਚਲਾਉਣੇ। ਮਤਲਬ ਇਹ ਆ ਕਿ ਬੰਦੇ ਨੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਕਿ ਅਸੀਂ ਪ੍ਰਦੂਸ਼ਣ ਨੂੰ ਘਟਾਵਾਂਗੇ, ਇਹੋ ਜਿਹੀ ਇੱਕ ਗੱਲ ਤਾਂ ਕੀਤੀ ਆ। ਆਮ ਤੌਰ ਦੇ ਉੱਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨਹੀਂ। ਸੋ ਭਾਜਪਾ ਨੂੰ ਵੀ ਅਸੀਂ ਕੁਝ ਅਪਸ਼ਬਦ ਨਹੀਂ ਕਹਿੰਦੇ, ਭਾਜਪਾ ਵੀ ਲੋਕਾਂ ਦੇ ਵੱਲੋਂ ਚੁਣ ਕੇ ਹੀ ਅੱਗੇ ਆਈ ਹੈ ਸਮੇਂ ਸਮੇਂ ਦੇ ਉੱਤੇ, ਪਰ ਇਹ ਗੱਲ ਜ਼ਰੂਰ ਸੋਚਣੀ ਬਣਦੀ ਹੈ ਕਿ ਭਾਜਪਾ ਇੰਨਾ ਕੁਝ ਕਰਨ ਦੇ ਬਾਵਜੂਦ ਜਦੋਂ ਦਿੱਲੀ ਦੇ ਵਿੱਚ 200 ਤੋਂ 25 ਤੋਂ ਵੱਧ MP ਆ ਜਿਹੜੇ ਉਹ ਝੁੱਗੀਆਂ ਦੇ ਵਿੱਚ ਠਹਿਰਾਏ ਹੋਣ, ਇਸ ਕਰਕੇ ਤਾਂ ਜੋ ਤੁਸੀਂ ਲੋਕਾਂ ਨੂੰ ਆਪਣੇ ਵੱਲ ਖਿੱਚ ਸਕੋ, ਉਹਨਾਂ ਦੇ ਦਿਲ ਦੀ ਵਿੱਚਾ ਜਾਣ ਕੇ ਉਹਨਾਂ ਨੂੰ ਆਪਣੇ ਆਪਣੇ ਮਹਿਸੂਸ ਹੋਵੋ, ਉਸ ਵਕਤ ਹਾਰ ਜਾਂਦੀ ਹੈ। ਜਦੋਂ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਦੇ ਮੁੱਦੇ ਦੇ ਉੱਤੇ ਭਾਜਪਾ ਰਾਜਨੀਤੀ ਕਰਨੀ ਹੋਵੇ, ਉਹ ਉਦੋਂ ਹਾਰ ਜਾਂਦੀ ਹੈ। ਜਦੋਂ ਧਾਰਾ 370 ਦੀ ਗੱਲ ਦਿੱਲੀ ਦੇ ਵਿੱਚ ਵੀ ਵਾਰ ਵਾਰ ਦੁਹਰਾਈ ਜਾਵੇ, ਉਹ ਫਿਰ ਹਾਰ ਜਾਂਦੀ ਹੈ। ਜਦੋਂ ਧਰਮ ਵਿਸ਼ੇਸ਼ ਦੀ ਬਾਤ ਪਾਉਂਦੀ ਹੋਵੇ, ਉਹ ਹਾਰ ਜਾਂਦੀ ਹੈ। ਭਾਜਪਾ ਨੂੰ ਵੀ ਇਹ ਸੋਚਣਾ ਚਾਹੀਦਾ ਅਤੇ ਸੋਚਣਾ ਪੈਣਾ ਵੀ ਆਉਂਦੇ ਸਮੇਂ ਦੇ ਵਿੱਚ ਕਿ ਹੁਣ ਕਾਠ ਦੀ ਹਾਂਡੀ ਵਾਰ ਵਾਰ ਚੜ੍ਹਨੀ ਨਹੀਂ, ਜੋ ਕੁਝ ਹੁਣ ਤੱਕ ਹੋ ਗਿਆ ਉਹ ਹੋ ਗਿਆ, ਹੁਣ ਇੱਦਾਂ ਹੋਣਾ ਸੰਭਵ ਨਹੀਂ। ਪਿਛਲੇ 2 ਵਰ੍ਹਿਆਂ ਦੇ ਵਿੱਚ ਭਾਜਪਾ ਨੇ ਕਈ ਸੂਬਿਆਂ ਦੇ ਵਿੱਚ ਸੱਤਾ ਜਿਹੜੀ ਉਹ ਆਪਣੇ ਹੱਥ ਦੇ ਵਿੱਚੋਂ ਕੱਢੀ ਹੈ। ਸੋ ਇਸ ਕਰਕੇ ਲੋੜ ਇਸ ਗੱਲ ਦੀ ਹੈ ਵੀ ਜਿਵੇਂ ਦਿੱਲੀ ਦੇ ਵਿੱਚ ਲੋਕ ਜਾਗੇ ਆ, ਉਵੇਂ ਪੰਜਾਬ ਦੇ ਅਤੇ ਬਾਕੀ ਵੱਖ ਵੱਖ ਸੂਬਿਆਂ ਦੇ ਲੋਕ ਵੀ ਜਾਗਣ। ਅਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦੇ ਹੱਕ 'ਚ ਨਹੀਂ, ਅਸੀਂ ਕਿਸੇ ਪਾਰਟੀ ਦੇ ਖਿਲਾਫ਼ ਨਹੀਂ, ਪਰ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਵੋਟਾਂ ਉਹਨਾਂ ਨੂੰ ਪਾਇਆ ਕਰੋ। ਪਰ ਇੱਕ ਗੱਲ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਹੁਣੇ ਤੋਂ ਸਮਝਣੀ ਪਊਗੀ ਵੀ ਜਿਹੜੇ ਲੋਕ ਵਕਤੀ ਤੌਰ ਦੇ ਉੱਤੇ ਨਾਲ ਜੁੜਦੇ ਆ, ਉਹਨਾਂ ਲੋਕਾਂ ਨੇ ਹੁਣ ਫਿਰ ਜੁੜਨਾ ਸ਼ੁਰੂ ਕਰ ਦੇਣਾ। ਜਿਹੜੇ ਲੋਕ 2017 ਦੀਆਂ ਚੋਣਾਂ ਦੇ ਵਿੱਚ ਮਨਚਾਹੀ ਸਫਲਤਾ ਨਾ ਮਿਲਣ ਕਰਕੇ ਫੁਰਰ ਹੋ ਗਏ, ਉਹਨਾਂ ਲੋਕਾਂ ਨੂੰ ਹੁਣ ਝਾੜੂ ਫਿਰ ਚੰਗਾ ਲੱਗਣਾ। ਬੰਦੇ ਚੰਗੇ ਚੁਣਿਓ, ਮੁੱਖ ਮੰਤਰੀ ਦੇ ਲਈ ਲੜਾਈ ਨਾ ਲੜਿਓ, ਕਿਉਂਕਿ 2017 ਦੇ ਵਿੱਚ ਜਿੱਤ ਜਾਣਾ ਸੀ। ਕਈ ਲੋਕ ਚੰਗੇ ਪਾਰਟੀ ਦੇ ਵਿੱਚ ਆਉਣ ਲੱਗੇ ਸੀ, ਪਰ ਆਪਣਿਆਂ ਨੇ ਹੀ ਉਹਨਾਂ ਦਾ ਰਾਹ ਰੋਕ ਕੇ ਰੱਖਿਆ, ਕਿਉਂਕਿ ਉਦੋਂ ਮੁੱਖ ਮੰਤਰੀ ਦੀ ਲਾਲਸਾ ਕਈ ਲੋਕਾਂ ਦੇ ਅੰਦਰ ਸੀ। ਐਤਕੀ ਮੁੱਖ ਮੰਤਰੀ ਦਾ ਝੇੜਾ ਨਾ ਪਵੇ, ਇਸ ਗੱਲ ਦੀ ਅਸੀਂ ਹੁਣੇ ਕਾਮਨਾ ਕਰਦੇ ਹਾਂ। ਐਤਕੀ ਚੰਗੇ ਲੋਕ ਪਾਰਟੀ ਨਾਲ ਜੁੜਨ ਅਤੇ ਚੰਗੇ ਲੋਕਾਂ ਨੂੰ ਜੋੜਨ ਦੇ ਲਈ ਅਰਵਿੰਦ ਕੇਜਰੀਵਾਲ ਹੋਰੀ ਖੁਦ ਉਚੇਚਾ ਯਤਨ ਕਰਨ, ਕਿਉਂਕਿ ਇੱਥੇ ਵਸਦੇ ਕਈਆਂ ਦੇ ਤਾਂ ਕਈ ਤਰ੍ਹਾਂ ਦੇ ਮਨਸ਼ੇ ਹੋ ਸਕਦੇ ਆ ਕਿ ਫਲਾਣਾ ਅੱਗੇ ਨਾ ਆਜੇ, ਫਲਾਣੇ ਨੂੰ ਆਪਾਂ ਅੱਗੇ ਲੈ ਕੇ ਹੀ ਆਉਣਾ, ਉਹਨਾਂ ਦੀਆਂ ਰਾਜਨੀਤਿਕ ਗੁਣਾ ਘਟਾਓ ਵਾਲੀਆਂ ਜਰਬਾਂ ਤਕਸੀਮਾਂ ਵਾਲੀਆਂ ਗੱਲਾਂ ਹੋ ਸਕਦੀਆਂ। ਸੋ ਦਿੱਲੀ ਦੇ ਵਿੱਚ ਜਿੱਤ ਦਾ ਮਤਲਬ ਇਹ ਹੈ ਕਿ ਲੋਕ ਹਾਲੇ ਜਾਗਦੇ ਆ, ਦਿੱਲੀ ਦੇ ਵਿੱਚ ਜਿੱਤ ਦਾ ਮਤਲਬ ਇਹ ਹੈ ਕਿ ਲੋਕ ਫਿਰਕਾ ਪ੍ਰਸਤੀ ਦੀ ਰਾਜਨੀਤੀ ਤੋਂ ਦੂਰ ਜਾਣਾ ਚਾਹੁੰਦੇ ਆ। ਦਿੱਲੀ ਦੇ ਵਿੱਚ ਜਿੱਤਣ ਦਾ ਮਤਲਬ ਇਹ ਹੈ ਕਿ ਉੱਥੋਂ ਦੇ ਲੋਕ ਸਿਰ ਤੋਂ ਕੰਮ ਲੈਂਦੇ ਆ, ਸਿਰ ਦੀ ਵਰਤੋਂ ਆ ਜਿਹੜੀ ਉਹ ਅਸਲ ਮੁੱਦਿਆਂ ਨੂੰ ਸਮਝਣ ਦੇ ਲਈ, ਕੀਤੇ ਹੋਏ ਕੰਮਾਂ ਦੇ ਉੱਤੇ ਪੱਕੇ ਤੌਰ ਦੇ ਉੱਤੇ ਮੋਹਰ ਲਾਉਣ ਦੇ ਲਈ ਕਰਦੇ ਆ। ਆਮ ਤੌਰ ਦੇ ਉੱਤੇ ਇੱਦਾਂ ਹੁੰਦਾ ਨਹੀਂ। ਦਿੱਲੀ ਦੇ ਵਿੱਚ ਵੋਟਾਂ ਦਾ ਧਰੁਵੀਕਰਨ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਸ਼ਾਹੀਨ ਬਾਗ ਦੇ ਮੁੱਦੇ ਨੂੰ ਜਿਵੇਂ ਉਭਾਰਿਆ ਗਿਆ ਆਪਾਂ ਜਾਣਦੇ ਹਾਂ। ਸਭ ਤੋਂ ਦੁੱਖ ਦੀ ਗੱਲ ਇਹ ਲੱਗੀ ਕਿ ਅਰਵਿੰਦ ਕੇਜਰੀਵਾਲ ਜਾਂ ਕੋਈ ਵੀ ਹੋਰ ਹੋਵੇ, ਕਿਸੇ ਦੇ ਬਾਰੇ ਵੀ ਇਹੋ ਜਿਹੀ ਸ਼ਬਦਾਵਲੀ ਆਪਾਂ ਕਿਉਂ ਵਰਤਣੀ ਆ ਜਿਹੜੀ ਕਿ ਲੋਕਾਂ ਦੇ ਅੰਦਰੇ ਨੂੰ ਕੀਰ ਦਿੰਦੀ ਹੋਵੇ, ਪਰ ਲੋਕਾਂ ਨੇ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਕਾਟਾ ਫੇਰ ਦਿੱਤਾ।
ਲੋਕਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਹੋ ਜਿਹੀ ਨਫ਼ਰਤ ਦੀ ਰਾਜਨੀਤੀ ਨਹੀਂ ਚਾਹੀਦੀ, ਅਸੀਂ ਨਫ਼ਰਤ ਦੇ ਵਿੱਚ ਬਹੁਤ ਕੁਝ ਗਵਾ ਚੁੱਕੇ ਹਾਂ, ਸਾਨੂੰ ਨਫ਼ਰਤ ਦੇ ਸ਼ਿਕੰਜੇ ਦੇ ਵਿੱਚ ਫਸਾ ਕੇ ਰਾਜਨੀਤਿਕ ਲੋਕ ਹੁਣ ਤੱਕ ਬਹੁਤ ਕੁਝ ਖੱਟ ਚੁੱਕੇ ਆ। ਸਿਰਾਂ ਤੋਂ ਕੰਮ ਲੈਣ ਦੀ ਆਦਤ ਪਾਏ, ਜਾਗ ਗਏ, ਸੋਚ ਗਏ, ਸਮਝ ਗਏ, ਵਿਚਾਰ ਗਏ। ਜਾਗ ਲਾਉਣੀ ਹੋਵੇ ਜੇਕਰ ਕੁਇੰਟਲ ਦਹੀਂ ਨੂੰ, ਤਾਂ ਉਹਦੇ ਲਈ ਇੱਕ ਚਮਚ ਦੋ ਚਮਚ ਬਹੁਤ ਹੁੰਦੇ ਆ। ਪੰਜਾਬ ਦੇ ਲੋਕਾਂ ਨੂੰ ਹੁਣ ਜਾਗ ਲਾਉਣੀ ਪਊਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਭਵਿੱਖ ਸੁਨਹਿਰਾ ਹੋਵੇ। ਪੰਜਾਬ ਦੇ ਵਿੱਚ ਇਸ ਵਕਤ ਕਾਂਗਰਸ ਦੀ ਸਰਕਾਰ ਹੈ, ਕਿੰਨਾ ਕੁ ਕੰਮ ਕੀਤਾ ਆਪਾਂ ਜਾਣਦੇ ਹਾਂ। ਅਕਾਲੀ ਦਲ ਅਤੇ ਟਕਸਾਲੀ ਦਲ ਦੀ ਆਪਸ ਦੇ ਵਿੱਚ ਜੰਗ ਚੱਲ ਰਹੀ ਹੈ। ਮੈਨੂੰ ਦੁੱਖ ਇਸ ਗੱਲ ਦਾ ਬਹੁਤ ਹੁੰਦਾ ਕਿ ਪੰਜਾਬੀ ਸਵਾਦ ਲੈਂਦੇ ਆ ਕਿ ਜੀ ਹੁਣ ਟਕਸਾਲੀਆਂ ਨੇ ਬੰਦਾ ਅਕਾਲੀਆਂ ਦਾ ਕਿਹੜਾ ਪੱਟਣਾ, ਅਕਾਲੀ ਦਲ ਬਾਦਲ ਹੁਣ ਟਕਸਾਲੀਆਂ ਦਾ ਕਿਹੜਾ ਬੰਦਾ ਪੱਟ ਲੈਣਗੇ। ਆਪਾਂ ਇਹਨਾਂ ਗੱਲਾਂ ਤੋਂ ਕੀ ਲੈਣਾ, ਇਹਨਾਂ ਗੱਲਾਂ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਕੋਈ ਸਰੋਕਾਰ ਨਹੀਂ, ਕੋਈ ਸੰਬੰਧ ਨਹੀਂ। ਇਸ ਕਰਕੇ ਆਓ ਦਿੱਲੀ ਵਾਲਿਆਂ ਵਰਗੇ ਬਣੀਏ। ਦਿੱਲੀ ਦੇ ਭੂਗੋਲਿਕ ਹਾਲਾਤ ਭਾਵੇਂ ਪੰਜਾਬ ਦੇ ਨਾਲੋਂ ਪਹਿਲਾਂ, ਪਰ ਫਿਰ ਵੀ ਦਿੱਲੀ ਦੇ ਲੋਕਾਂ ਨੇ ਸੂਝਵਾਨਤਾ ਦਾ ਸਬੂਤ ਦਿੱਤਾ। ਉਹਨਾਂ ਸਾਰੇ ਹੀ ਲੋਕਾਂ ਨੂੰ ਸਲਾਮ ਹੈ, ਆਉਂਦੇ ਸਮੇਂ ਦੇ ਵਿੱਚ ਜਿਹੜੀ ਵੀ ਪਾਰਟੀ ਚੰਗੀ ਹੋਵੇ ਉਹ ਅੱਗੇ ਆਵੇ ਅਤੇ ਦਿੱਲੀ ਦੇ ਲੋਕਾਂ ਨੇ ਜਿਵੇਂ ਸਰਕਾਰ ਚੁਣੀ ਆ, ਇੱਦਾਂ ਦੀ ਸਰਕਾਰ ਕੋਈ ਵੀ ਚੁਣੀ ਜਾਵੇ ਜਿਹੜੀ ਕਿ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾਵੇ, ਜਿਹੜੀ ਇਹ ਗੱਲ ਕਵੇ ਕੋਈ ਵੀ ਪਾਰਟੀ ਹੋਵੇ। ਪਰ ਪਾਰਟੀ ਜਿੰਨਾ ਚਿਰ ਇਹ ਨਹੀਂ ਕਹਿੰਦੀ ਵੀ ਜੇਕਰ ਸਾਡੇ ਕੰਮ ਕੀਤੇ ਹੋਏ ਤੁਹਾਨੂੰ ਚੰਗੇ ਲੱਗਦੇ ਵੋਟ ਪਾ ਦਿਓ, ਨਹੀਂ ਚੰਗੇ ਲੱਗਦੇ ਬਿਲਕੁਲ ਨਾ ਪਾਓ, ਇਹੋ ਜਿਹੇ ਲੋਕਾਂ ਦੀ ਲੋੜ ਹੈ। ਅਤੇ ਬੇਨਤੀ ਇਹ ਹੈ ਜੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਹੁਤ ਬਹੁਤ ਮਿਹਰਬਾਨੀ।